ਦੇਸ਼ ਦੇ ਵਿੱਚ ਨਵੇਂ ਹਿੱਟ ਐਂਡ ਰਨ ਕਾਨੂੰਨ ਨੂੰ ਲੈ ਕੇ ਲਗਾਤਾਰ ਵਿਰੋਧ ਹੋ ਰਿਹਾ। ਇਸ ਤੋਂ ਪਹਿਲਾਂ ਪੂਰੇ ਦੇਸ਼ ਦੇ ਵਿੱਚ ਲਗਾਤਾਰ ਜਿਹੜੇ ਵੱਡੇ ਟਰਾਂਸਪੋਰਟਰ ਸੀ ਉਹ ਹੜਤਾਲ 'ਤੇ ਚਲੇ ਗਏ ਸੀ। ਤੇਲ ਕੰਪਨੀਆਂ ਜਿਹੜੀਆਂ ਕਹਿ ਸਕਦੇ ਹਾਂ ਕਿ ਤੇਲ ਪੈਟਰੋਲ ਪੰਪਾਂ ਦੇ ਉੱਪਰ ਤੇਲ ਖਤਮ ਹੋ ਚੁੱਕਿਆ ਸੀ, ਕਿਉਂਕਿ ਜਿਹੜੀਆਂ ਤੇਲ ਰਿਫਾਇਨਰੀਆਂ ਸੀ ਉੱਥੋਂ ਜਿਹੜੇ ਤੇਲ ਟੈਂਕਰ ਸੀ ਉਹਨਾਂ ਨਿਕਲਣਾ ਬੰਦ ਹੋ ਚੁੱਕਿਆ ਸੀ। ਦੇਸ਼ ਦੇ ਹਾਲਾਤ ਕਿਸ ਤਰ੍ਹਾਂ ਦੇ ਬਣੇ ਸੀ ਉਹ ਤੁਹਾਡੇ ਸਾਹਮਣੇ ਸੀ, ਪਰ ਇੱਕ ਤਸਵੀਰ ਤੁਹਾਨੂੰ ਹੁਣ ਪੰਜਾਬ ਦੀ ਦਿਖਾਉਣੀ ਆ ਕਿ ਪੰਜਾਬ ਦੇ ਵਿੱਚ ਹੁਣ ਇੱਕ ਵਾਰੀ ਫਿਰ ਜਿਹੜੇ ਟਰੱਕ ਡਰਾਈਵਰ ਨੇ ਜਾਂ ਫਿਰ ਅਲੱਗ ਅਲੱਗ ਟਰਾਂਸਪੋਰਟਰਾਂ ਦੇ ਸੰਬੰਧ ਦੇ ਡਰਾਈਵਰ ਨੇ, ਚਾਹੇ ਉਹ ਟੈਕਸੀ ਡਰਾਈਵਰ ਹੋਣ, ਉਹਨਾਂ ਵੱਲੋਂ ਸੰਗਰੂਰ ਦੇ ਭਵਾਨੀਗੜ੍ਹ ਕਾਲਾ ਝਾੜ ਟੋਲ ਪਾਜਾ 'ਤੇ ਇੱਕ ਵੱਡਾ ਹੱਲਾ ਬੋਲਿਆ ਗਿਆ ਹੈਗਾ। ਇਸ ਸਮੇਂ ਨੈਸ਼ਨਲ ਹਾਈਵੇ ਨੂੰ ਜਾਮ ਕੀਤਾ ਗਿਆ, ਇਹ ਉਹ ਹਾਈਵੇ ਆ ਜਿਹੜਾ ਚੰਡੀਗੜ੍ਹ ਨੂੰ ਬਠਿੰਡਾ ਦੇ ਨਾਲ ਜੋੜਦਾ ਹੈਗਾ। ਕਾਲਾ ਝਾੜ ਟੋਲ ਪਲਾਜ਼ਾ ਦੇ ਉੱਪਰ ਪੰਜਾਬ ਭਰ ਤੋਂ ਜਿਹੜੇ ਕਹਿ ਸਕਦੇ ਹਾਂ ਕਿ ਡਰਾਈਵਰ ਪਹੁੰਚੇ ਹੋਏ ਨੇ, ਤੁਸੀਂ ਨਾਲ ਦੀ ਨਾਲ ਜਿਹੜੀਆਂ ਦੂਜੀਆਂ ਵੱਡੀਆਂ ਯੂਨੀਅਨਾਂ ਨੇ, ਭਾਵੇਂ ਰਾਜਸਥਾਨ ਹੋਵੇ, ਉੱਤਰ ਪ੍ਰਦੇਸ਼ ਹੋਵੇ, ਉੱਥੋਂ ਹਰਿਆਣਾ ਤੋਂ ਹੁਣ ਜਿਹੜੇ ਉਹਨਾਂ ਦੇ ਨੇਤਾ ਨੇ ਉਹ ਇੱਥੇ ਪਹੁੰਚੇ ਹੋਏ ਨੇ। ਦੂਰ ਤੱਕ ਤੁਸੀਂ ਦੇਖ ਸਕਦੇ ਹੋ ਕਿ ਹਾਈਵੇ ਬਿਲਕੁਲ ਖਾਲੀ ਹੈ, ਕਿਉਂਕਿ ਇਹਨਾਂ ਨੂੰ ਜਾਮ ਕੀਤਾ ਹੋਇਆ ਸਵੇਰ ਦੇ 10 ਵਜੇ ਤੋਂ ਲੈ ਕੇ ਇਹ ਡਰਾਈਵਰਾਂ ਵੱਲੋਂ ਜਾਮ ਕੀਤਾ ਗਿਆ। ਉਹਨਾਂ ਨੇ ਇੱਕ ਚੇਤਾਵਨੀ ਦਿੱਤੀ ਹੈ ਕਿ ਇਹ ਸਿਰਫ ਇੱਕ ਪੰਜਾਬ ਦਾ ਇੱਕ ਹੈਗਾ, ਪੰਜਾਬ ਦੇ ਡਰਾਈਵਰਾਂ ਦਾ ਇੱਕ ਹੈ। ਇਸ ਤੋਂ ਪਹਿਲਾਂ ਅਲੱਗ ਅਲੱਗ ਜ਼ਿਲ੍ਹਿਆਂ ਦੇ ਵਿੱਚ ਵੀ ਇਹਨਾਂ ਡਰਾਈਵਰਾਂ ਵੱਲੋਂ ਆਪਣੇ ਪੱਧਰ ਦੇ ਉੱਪਰ ਜਿਹੜਾ ਵਿਰੋਧ ਪ੍ਰਦਰਸ਼ਨ ਆਪਣੇ ਹਿਸਾਬ ਦੇ ਨਾਲ ਰੋਸ ਰੈਲੀਆਂ ਕਰਕੇ ਕੀਤਾ ਗਿਆ ਸੀ, ਪਰ ਲੇਕਿਨ ਹੁਣ ਇਸ ਧਰਨੇ ਦੀ ਰੂਪਰੇਖਾ ਨੂੰ ਇੱਕ ਵੱਡਾ ਕਰਨ ਦੇ ਲਈ ਜਿਹੜਾ ਨੈਸ਼ਨਲ ਹਾਈਵੇ ਆ ਜਿਹੜਾ ਉਹ ਅੱਜ ਸਵੇਰ ਤੋਂ ਲੈ ਕੇ ਜਾਮ ਕੀਤਾ ਹੋਇਆ ਹੈਗਾ। ਉਹ ਕਹਿ ਰਹੇ ਨੇ ਕਿ ਅਸੀਂ ਹੁਣ ਅਗਲੀ ਸੰਘਰਸ਼ ਕਿਸ ਤਰ੍ਹਾਂ ਲਿਖਣਾ, ਜੇ ਸਰਕਾਰ ਕਾਨੂੰਨ ਵਾਪਸ ਨਹੀਂ ਲੈਂਦੀ ਤਾਂ ਹੋਰ ਕੀ ਕਰਨਾ, ਜਾਂ ਇੰਡੀਆ ਲੈਵਲ ਦੀ ਜਿਹੜੀ ਕੌਲ ਉਹ ਕਿਸ ਤਰ੍ਹਾਂ ਦੇਣੀ ਆ, ਉਹ ਬਾਅਦ ਦੇ ਵਿੱਚ ਹੋਏਗੀ। ਜਿੱਥੇ ਕਿ ਸਰਕਾਰਾਂ ਕਹਿ ਰਹੀਆਂ ਨੇ ਕਿ ਕਾਨੂੰਨ ਦੇ ਵਿੱਚ ਕੋਈ ਵੱਡਾ ਬਦਲਾਵ ਨਹੀਂ ਕੀਤਾ ਗਿਆ, ਸਿਰਫ ਫੇਕ ਨਿਊਜ਼ਾਂ ਜ਼ਿਆਦਾ ਤੇਜ਼ੀ ਦੇ ਨਾਲ ਵਾਇਰਲ ਹੋਈਆਂ ਜਿਸ ਨੂੰ ਲੈ ਕੇ ਵਿਰੋਧ ਪ੍ਰਦਰਸ਼ਨ ਹੋਇਆ। ਪਰ ਡਰਾਈਵਰ ਕਹਿ ਰਹੇ ਨੇ ਕਿ ਸਾਡੀ ਮਜਬੂਰੀ ਆ, ਅਸੀਂ ਰੋਡ ਦੇ ਉੱਪਰ ਗੱਡੀਆਂ ਚਲਾਉਂਦੇ ਹਾਂ, ਪਰ ਮਹਿਜ 12 ਤੋਂ ਲੈ ਕੇ 10,000 ਰੁਪਏ, 10-12,000 ਰੁਪਏ ਦੀ ਨੌਕਰੀ ਕਰਦੇ ਹਾਂ, ਲੱਖਾਂ ਰੁਪਏ ਸਾਡੇ ਕੋਲ ਨਹੀਂ ਹੈਗੇ ਭਾਰੀ ਭਰਕਮ ਜੁਰਮਾਨੇ ਨੂੰ ਦੇਣ ਦੇ ਲਈ। ਕਿਉਂਕਿ ਤਸਵੀਰਾਂ ਮੈਂ ਚਾਹੂੰਗਾ ਨਾਲ ਦੀਆਂ ਤੁਹਾਨੂੰ ਤਸਵੀਰਾਂ ਵੀ ਦਿਖਾਈ ਜਾਣ, ਕਿਉਂ ਕਹਿ ਰਹੇ ਨੇ ਵੀ ਕਿ ਅਗਰ ਸਾਡੇ ਲਵੇ ਇੰਨਾ ਪੈਸਾ ਹੁੰਦਾ ਤਾਂ ਅਸੀਂ ਡਰਾਈਵਰੀ ਕਿਉਂ ਕਰਦੇ। ਉਹਨਾਂ ਦਾ ਕਹਿਣਾ ਕਿ ਜਦੋਂ ਕਿਸੇ ਡਰਾਈਵਰ ਦਾ, ਚਾਹੇ ਉਹ ਟੈਕਸੀ ਡਰਾਈਵਰ ਹੋਵੇ, ਚਾਹੇ ਉਹ ਟਰੱਕ ਡਰਾਈਵਰ ਹੋਵੇ, ਕਿਸੇ ਡਰਾਈਵਰ ਦਾ ਇਹ ਦਿਲ ਨਹੀਂ ਕਰਦਾ ਹੁੰਦਾ ਕਿ ਉਹ ਹਾਦਸਾ ਕਰੇ। ਹਾਦਸੇ ਅਚਾਨਕ ਹੋ ਜਾਂਦੇ ਨੇ, ਪਰ ਹਾਦਸਿਆਂ ਦੇ ਬਾਅਦ ਜਦੋਂ ਜੇ ਅਗਰ ਡਰਾਈਵਰ ਉੱਥੇ ਮੌਕੇ 'ਤੇ ਖੜ੍ਹ ਜਾਂਦਾ ਤਾਂ ਕਈ ਸਟੇਟਾਂ ਦੇ ਵਿੱਚ ਇਸ ਤਰ੍ਹਾਂ ਦੇਖਣ ਨੂੰ ਮਿਲਿਆ ਕਿ ਭੀੜ ਵੱਲੋਂ ਜਾਂ ਟਰੱਕਾਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ, ਜਾਂ ਫਿਰ ਡਰਾਈਵਰਾਂ ਦੇ ਉੱਪਰ ਵੱਡੇ ਪੱਧਰ ਦੇ ਉੱਪਰ ਜਿਹੜੇ ਹਮਲੇ ਨੇ ਜਿਹੜੇ ਉਹ ਕੀਤੇ ਜਾਂਦੇ ਨੇ, ਕਈ ਵਾਰ ਉੱਥੇ ਮੌਤ ਵੀ ਹੋ ਜਾਂਦੀ ਹੈਗੀ। ਇਸ ਨੂੰ ਲੈ ਕੇ ਡਰਾਈਵਰਾਂ ਨੂੰ ਇਹ ਕਾਨੂੰਨ ਜਿਹੜਾ ਜ਼ਿਆਦਾ ਰੜਕ ਰਿਹਾ, ਉਹ ਕਹਿ ਰਹੇ ਇਸ ਕਾਨੂੰਨ ਨੂੰ ਵਾਪਸ ਜਿਹੜਾ ਕੀਤਾ ਜਾਵੇ। ਵਿੱਕੀ ਭੁੱਲਰ, ਪੰਜਾਬ ਤੱਕ ਸੰਗਰੂਰ।